ਨਗਰ ਨਿਗਮ ਡਰਾਈਵਰ ਅਤੇ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਬੁਨਿਆਦੀ ਹੱਕਾਂ ਦੀ ਪੂਰਤੀ ਨੂੰ ਮੁੱਖ ਰੱਖਦੇ ਹੋਏ ਜ਼ੋਨ ਡੀ ਮੁੱਖ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਅਤੇ ਜਨਰਲ ਸਕੱਤਰ ਸਰਦੂਲ ਸਿੰਘ ਨੇ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਵਿੱਚ 1994 ਅਤੇ 98 ਦੇ ਡੀਸੀ ਰੇਟ ਡਰਾਈਵਰ ਅਤੇ ਦਰਜਾ 4 ਕਰਮਚਾਰੀਆਂ ਨੂੰ ਪੱਕੇ ਕੀਤੇ ਜਾਣ। ਦਰਜਾ 4 ਕਰਮਚਾਰੀ ਜੋ ਪਿਛਲੇ ਲੰਮੇ ਸਮੇਂ ਤੋਂ ਡਰਾਈਵਰੀ ਦਾ ਕੰਮ ਕਰ ਰਹੇ ਹਨ ਨੂੰ ਪਦ ਉਨਤ ਕਰਕੇ ਡਰਾਈਵਰ ਬਣਾਇਆ ਜਾਵੇ। ਡਰਾਈਵਰਾਂ ਦੀਆਂ ਖਾਲੀ ਪੋਸਟਾਂ ਭਰੀਆਂ ਜਾਣ ਮੁੱਖ ਹਨ। ਉਹਨਾਂ ਦੱਸਿਆ ਕਿ ਅੱਜ 7 ਕਰਮਚਾਰੀ ਭੁੱਖ ਹੜਤਾਲ 'ਤੇ ਬੈਠਣਗੇ। ਜੇਕਰ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਸਾਡੇ ਪਿਛਲੇ ਕਾਫੀ ਸਮੇਂ ਤੋਂ ਮੰਗਾਂ ਚੱਲੀਆਂ ਆ ਰਹੀਆਂ ਸਨ। 1994 ਅਤੇ 1998 ਤੋਂ ਸਾਡੇ ਡੀਸੀ ਰੇਟ ਡਰਾਈਵਰ ਜਿਨ੍ਹਾਂ ਨੂੰ ਤਕਰੀਬਨ 25 ਸਾਲ ਔਰ 21 ਸਾਲ ਸਰਵਿਸ ਕਰਦੇ ਹੋ ਗਏ। ਉਸ ਤੋਂ ਬਾਅਦ ਸਾਡੇ ਦਰਜਾ 4 ਕਰਮਚਾਰੀ ਜੋ 20-25 ਸਾਲ ਤੋਂ ਗੱਡੀਆਂ ਚਲਾ ਰਹੇ ਹਨ। ਅਸੀਂ ਇਹਦੇ ਬਾਰੇ ਕਈ ਵਾਰ ਮੰਗ ਪੱਤਰ ਦਿੱਤਾ, ਵੱਖ ਵੱਖ ਕਮਿਸ਼ਨਰ ਸਾਹਿਬਾਨ ਨੇ ਹਾਂ ਪੱਖੀ ਹੁੰਗਾਰਾ ਭਰਿਆ, ਲੇਕਿਨ ਜਦੋਂ ਪੱਕੇ ਕਰਨ ਦੀ ਜਾਂ ਪ੍ਰਮੋਸ਼ਨ ਕਰਨ ਦੀ ਵਾਰੀ ਆਉਂਦੀ ਸੀ ਤਾਂ ਡਰਾਈਵਰਾਂ ਨਾਲ ਮਤਰਿਆ ਰੁੱਖ ਬਣਾਇਆ ਜਾਂਦਾ, ਜਾਂ ਕਿ ਉਸ ਦੌਰਾਨ ਬੇਲਦਾਰਾਂ ਤੋਂ ਕਲਰਕ ਬਣੇ, ਕਲਰਕਾਂ ਤੋਂ ਇੰਸਪੈਕਟਰ ਵੀ ਬਣ ਗਏ ਨੇ। ਲੇਕਿਨ ਸਾਡੇ ਜਿਹੜੇ ਡਰਾਈਵਰ ਕਰਮਚਾਰੀ ਆ ਨਾ ਤਾਂ ਪੱਕੇ ਕੀਤੇ ਗਏ ਅਤੇ ਨਾ ਹੀ ਡਰਾਈਵਰ 'ਤੇ ਪਦ ਉਨਤ ਕੀਤੇ। ਇਹ ਧਰਨਾ ਅੱਜ ਸਾਡਾ ਇੱਕ ਬਹੁਤ ਦੇਰ ਤੋਂ ਲਟਕਦੀ ਆ ਰਹੀਆਂ ਮੰਗਾਂ ਨੇ ਕੁਛ, ਜਿਨ੍ਹਾਂ ਦੇ ਵਿੱਚ ਸਾਡੇ ਡੀਸੀ ਰੇਟ ਕਰਮਚਾਰੀ ਜਿਹੜੇ 1998 ਦੇ ਵਿੱਚ ਅਤੇ 1994 ਦੇ ਵਿੱਚ ਕੰਪਨੀ ਦੇ ਥਰੂ ਆਏ ਸੀਗੇ ਅਤੇ ਉਸ ਤੋਂ ਬਾਅਦ 98 ਵਾਲੇ ਸਾਡੇ ਕਾਰਪੋਰੇਸ਼ਨ ਨੇ ਖੁਦ ਡੀਸੀ ਰੇਟ ਭਰਤੀ ਕੀਤੇ ਸੀਗੇ। ਇਹਨਾਂ ਨੂੰ ਰੈਗੂਲਰ ਕਰਨ ਲਈ ਸਾਡੀ ਡਿਮਾਂਡਸ ਆ ਜਿਹੜੀ ਬਹੁਤ ਦੇਰ ਦੀ ਇਹ ਲਟਕ ਰਹੀ ਆ, ਅਤੇ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਵੀ ਐਡਮਿਨਿਸਟ੍ਰੇਸ਼ਨ ਨੇ ਸਾਡੀਆਂ ਇਹਨਾਂ ਮੰਗਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਇਹਦੇ ਕਰਕੇ ਸਾਨੂੰ ਅੱਜ ਸੰਘਰਸ਼ ਦਾ ਰਸਤਾ ਜਿਹੜਾ ਅਪਣਾਉਣਾ ਪਿਆ ਵਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।